ਨਹੀਂ ਡਰ ਨਹੀਂ ਅਸੀਂ ਲੋਕਾਂ ਕੋਲ ਕਾਂਗਰਸ ਦੀ ਪਾਲਿਸੀਆਂ ਪੰਜਾਬ ਦੇ ਵਿਕਾਸ ਨੂੰ ਲੈ ਕੇ ਅਤੇ ਜੋ ਪਿਛਲੇ 10 ਸਾਲਾਂ 'ਚ ਪੰਜਾਬ ਦੇ ਵਿੱਚ ਅਕਾਲੀ ਬੀਜੇਪੀ ਸਰਕਾਰ ਨੇ ਲੁੱਟਿਆ ਅਤੇ ਪੰਜਾਬ ਨੂੰ ਵਾਪਸ ਪਟੜੀ 'ਤੇ ਲੈ ਕੇ ਆਉਣ ਵਾਸਤੇ ਜਿਹੜੀ ਕਾਂਗਰਸ ਪਾਰਟੀ ਦੀ ਅਤੇ ਕੈਪਟਨ ਅਮਰਿੰਦਰ ਸਿੰਘ ਜੀ ਦੀ ਕਮਿਟਮੈਂਟ ਹੈ ਉਹਨੂੰ ਲੈ ਕੇ ਗਏ ਹਾਂ ਅਤੇ ਸਾਨੂੰ ਪੂਰਾ ਵਿਸ਼ਵਾਸ ਹੈ ਵੀ ਲੋਕ ਚੰਗੇ ਮਾੜੇ ਨੂੰ ਸਮਝਦੇ ਹੈ ਅਤੇ ਗੁਰਦਾਸਪੁਰ ਦੀ ਪੰਜਾਬ ਦੇ ਸਾਰੇ ਵਰਗਾਂ ਦੇ ਵਿਕਾਸ ਦੇ ਹਿੱਤਾਂ ਦੇ ਵਾਸਤੇ ਉਹ ਬੜਾ ਸੋਚ ਸਮਝ ਕੇ ਚੰਗਾ ਡਿਸੀਜਨ ਲੈਣਗੇ। ਸਾਨੂੰ ਪੂਰੀ ਉਮੀਦ ਹੈ ਵੀ ਕਾਂਗਰਸ ਅਤੇ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਹੁੰਗਾਰਾ ਬਹੁਤ ਤਗੜਾ ਹੁੰਗਾਰਾ ਦੇਣ। ਦੇਖੋ ਮੈਨੂੰ ਮੇਰੇ 21 ਤਰੀਕ ਨੂੰ ਸਾਡੀ ਟਿਕਟ ਡਿਕਲੇਅਰ ਹੋਈ ਹੈ, 22 ਨੂੰ ਨੋਮੀਨੇਸ਼ਨ ਹੋਇਆ, ਟਾਈਮ ਕਮ ਸੀਗਾ ਲੇਕਿਨ ਲੋਕਾਂ ਦਾ ਪਿਆਰ ਇੰਨਾ ਜ਼ਿਆਦਾ ਸੀਗਾ ਕਿ ਪਤਾ ਹੀ ਨਹੀਂ ਲੱਗਿਆ ਕਦੋਂ ਇਲੈਕਸ਼ਨ ਸ਼ੁਰੂ ਹੋਏ ਕਦੋਂ ਖਤਮ ਹੋ ਗਏ। ਇੱਕਦਮ ਸਵੇਰ ਤੋਂ ਸ਼ਾਮ ਤੱਕ ਬਿਜ਼ੀ ਸੀਗੇ, ਹਰ ਹਲਕੇ 'ਚ ਮੀਟਿੰਗ ਹੁੰਦੇ ਸੀ, ਲੋਕਾਂ ਦਾ ਇੰਨਾ ਪਿਆਰ ਸੀਗਾ, ਇੰਨਾ ਮਾਹੌਲ ਅੱਛਾ ਸੀਗਾ ਕਿ ਇੱਦਾਂ ਲੱਗਿਆ ਕਿ ਪਤਾ ਨਹੀਂ ਕੋਈ 2-3 ਮਹੀਨੇ ਹੋ ਗਏ ਨੇ ਲੇਕਿਨ ਪਤਾ ਲੱਗਿਆ 18-20 ਦਿਨ ਹੀ ਹੋਏ ਨੇ। ਮੈਂ ਤਾਂ ਇੰਜੋਏ ਕੀਤਾ ਪੂਰਾ ਇਲੈਕਸ਼ਨ ਅੱਛੀ ਤਰ੍ਹਾਂ ਨਾਲ। ਮੈਂ EBM ਪੇ ਨਹੀਂ EBM ਕੋ ਆਪਰੇਟ ਕਰਨੇ ਵਾਲੋਂ ਪੇ ਸਵਾਲ ਖੜਾ ਕਰ ਰਹਾ ਹੂੰ ਕਿ 3 ਨੰਬਰ ਬਟਨ ਬਹੁਤ ਸੀ, ਕਮ ਸੇ ਕਮ 10 ਸ਼ਿਕਾਇਤੇ ਮੇਰੇ ਪਾਸ ਆਈ ਹੈ ਕਿ ਉਸਮੇ ਵੋ ਬਟਨ ਦਬਤਾ ਥਾ ਲੇਕਿਨ ਆਵਾਜ਼ ਨਹੀਂ ਆਤੀ ਥੀ, ਜੋ ਬੀਪ ਕੀ ਆਵਾਜ਼ ਹੈ ਵੋ ਨਹੀਂ ਆਤੀ ਥੀ ਔਰ ਵੋਟਰ ਹਮਾਰਾ ਇਤਨਾ ਜੋ ਹੈ ਵੋ ਉਸਕੋ ਅਵੇਅਰਨੈਸ ਨਹੀਂ ਹੈ ਕਿ ਅਗਰ ਨਹੀਂ ਆਵਾਜ਼ ਆਤੀ ਤੋ ਕਿਸੀ ਕੋ ਬਤਾਨਾ ਹੈ, ਜਹਾਂ ਬਤਾਇਆ ਵਹਾਂ ਪੇ ਫਿਰ 2.5 ਘੰਟੇ ਬਾਅਦ ਚੇਂਜ ਹੋਈ ਮਸ਼ੀਨ।